ਨਹਿਰ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਬੇਕਾਬੂ ਹੋਈ ਤੇਜ਼ ਰਫ਼ਤਾਰ ਕਾਰ ਨਹਿਰ ਦੇ ਵਿੱਚ ਜਾ ਡਿੱਗੀ। ਇੱਕ ਬੇੜੀ ਦੀ ਤਰ੍ਹਾਂ ਇਹ ਕਾਰ ਪਾਣੀ ਦੇ ਵਿੱਚ ਤਰਤੀ ਰਹੀ ਤੇ ਲੋਕਾਂ ਨੇ ਦੇਖ ਕੇ ਫਿਰ ਰੌਲਾ ਪਾਇਆ, ਗੋਤਾਖੋਰਾਂ ਨੂੰ ਬੁਲਾਇਆ ਗਿਆ। ਇਹ ਤਸਵੀਰਾਂ ਦਸੂਹਾ ਦੇ ਕੰਢੀ ਕਨਾਲ ਨਹਿਰ ਦੀਆਂ ਨੇ ਜਿੱਥੇ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਜਾ ਡਿੱਗੀ। ਗਨੀਮਤ ਰਹੀ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਚਾਲਕ ਨੇ ਖੁਦ ਦੱਸਿਆ ਕਿ ਉਹ ਇਸ ਨਹਿਰ ਦੇ ਕਿਨਾਰੇ ਤੋਂ ਜਾ ਰਿਹਾ ਸੀ ਤਾਂ ਅਚਾਨਕ ਹੀ ਕਾਰ ਬੇਕਾਬੂ ਹੋ ਗਈ ਤੇ ਨਹਿਰ ਦੇ ਵਿੱਚ ਜਾ ਡਿੱਗੀ। ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਕਿਨਾਰੇ ਤੇ ਕੋਈ ਵੀ ਰੇਲਿੰਗ ਨਹੀਂ ਹੈ ਜਿਸ ਕਰਕੇ ਇਹ ਹਾਦਸਾ ਵਾਪਰਿਆ। ਆਸ ਪਾਸ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਇੱਥੇ ਕਈ ਵਾਰ ਹਾਦਸੇ ਵਾਪਰ ਚੁੱਕੇ ਨੇ। ਪ੍ਰਸ਼ਾਸਨ ਤੋਂ ਕਈ ਵਾਰ ਇਹ ਮੰਗ ਕੀਤੀ ਗਈ ਹੈ ਕਿ ਇਸ ਨਹਿਰ ਦੇ ਕੰਢੇ ਜਾਂ ਤਾਂ ਤਾਰ ਲਗਾਈ ਜਾਵੇ ਜਾਂ ਰੇਲਿੰਗ ਬਣਾਈ ਜਾਵੇ, ਕਿਉਂਕਿ ਆਏ ਦਿਨ ਵਾਹਨ ਇਸ ਦੇ ਵਿੱਚ ਡਿੱਗ ਜਾਂਦੇ ਨੇ। ਸੋ ਧੁੰਦਾ ਕਾਰਨ ਵੀ ਹਾਦਸੇ ਵਾਪਰ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਇੱਥੇ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਸਿੱਧਾ ਇਸ ਨਹਿਰ ਦੇ ਵਿੱਚ ਜਾ ਡਿੱਗੀ ਅਤੇ ਕਾਫੀ ਦੇਰ ਤੱਕ ਇੱਕ ਬੇੜੀ ਦੀ ਤਰ੍ਹਾਂ ਇਹ ਕਾਰ ਇਸ ਨਹਿਰ ਦੇ ਵਿੱਚ ਤਰਦੀ ਰਹੀ ਹੈ। ਵੱਡੀ ਗੱਲ ਇਹ ਹੈ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਇੱਕ ਵੱਡਾ ਹਾਦਸਾ ਇੱਥੇ ਹੋ ਸਕਦਾ ਸੀ, ਜਾਨੀ ਨੁਕਸਾਨ ਹੋ ਸਕਦਾ ਸੀ, ਪਰ ਗਨੀਮਤ ਰਹੀ ਹੈ ਕਿ ਕਾਰ ਚਾਲਕ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕਾਰ 'ਚ ਸਵਾਰ ਸਾਰੇ ਹੀ ਲੋਕ ਸੁਰੱਖਿਅਤ ਨੇ ਤੇ ਸੁਰੱਖਿਅਤ ਉਹਨਾਂ ਨੂੰ ਬਾਹਰ ਵੀ ਕੱਢ ਲਿਆ ਗਿਆ ਹੈ। ਤਸਵੀਰਾਂ ਦਸੂਹਾ ਦੇ ਕੰਢੀ ਕਨਾਲ ਨਹਿਰ ਦਾਤਾਰਪੁਰ ਦੀਆਂ ਨੇ ਜਿੱਥੇ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਸੀ। ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਕਾਰ ਚਲਾ ਰਿਹਾ ਸੀ ਤਾਂ ਅਚਾਨਕ ਹੀ ਇਹ ਕਾਰ ਬੇਕਾਬੂ ਹੋ ਗਈ, ਉਸਦੇ ਕੋਲੋਂ ਕੰਟਰੋਲ ਨਹੀਂ ਹੋਇਆ ਤੇ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ। ਰੇਲਿੰਗ ਨਾ ਹੋਣ ਕਾਰਨ ਹੀ ਇਹ ਵੱਡਾ ਹਾਦਸਾ ਵਾਪਰਿਆ ਹੈ। ਗਨੀਮਤ ਇਹ ਰਹੀ ਹੈ ਕਿ ਕਿਸ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸੋ ਇੱਥੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਨਹਿਰ ਦੇ ਕੰਢੇ ਤੇ ਕੋਈ ਰੇਲਿੰਗ ਬਣਾਈ ਜਾਵੇ, ਨਹੀਂ ਤਾਂ ਹੋਰ ਵੀ ਹਾਦਸੇ ਵਾਪਰ ਸਕਦੇ ਨੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਧੁੰਦਾ ਹੋਰ ਵੀ ਸੰਘਣੀਆਂ ਹੋ ਰਹੀਆਂ ਨੇ ਤੇ ਨਹਿਰ ਦੇ ਕਿਨਾਰੇ ਤੇ ਕੋਈ ਵੀ ਸੁਰੱਖਿਅਤ ਕਿਨਾਰੀ ਜਾਂ ਕੋਈ ਰੇਲਿੰਗ ਨਾ ਹੋਣ ਕਾਰਨ ਵੱਡੇ ਹਾਦਸੇ ਵੀ ਵਾਪਰ ਸਕਦੇ ਨੇ। ਇਸ ਦੇ ਲਈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।